ਜਿਹੜੇ ਹਮੇਸ਼ਾ ਕੰਪਲੇਨ ਕਰਦੇ ਯਾਰ ਮੇਰੀ ਕੋਈ ਹੈਲਪ ਨਹੀਂ ਕਰਨ ਡਿਆ। ਜਿੰਨੀ ਛੇਤੀ ਤੁਸੀਂ ਇਸ ਚੀਜ਼ ਨੂੰ ਰੀਅਲਾਈਜ਼ ਕਰ ਲਓਗੇ ਨਾ, ਬਿਗਨਿੰਗ ਦੇ ਵਿੱਚ ਜਦੋਂ ਤੁਸੀਂ ਕੋਈ ਵੀ ਕੰਮ ਕਰਨਾ ਸ਼ੁਰੂ ਕਰਨਾ ਵਾ ਜਾਂ ਆਪਣੀ ਜਰਨੀ ਸ਼ੁਰੂ ਕਰਨੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ, ਕਿਸੇ ਨੇ ਤੁਹਾਡੀ ਸਪੋਰਟ ਨਹੀਂ ਕਰਨੀ ਬ੍ਰੋ। ਦੁਨੀਆ ਇੱਦਾਂ ਕੰਮ ਕਰਦੀ ਆ, ਦੁਨੀਆ ਹਮੇਸ਼ਾ ਉਸ ਇਨਸਾਨ ਦੀ ਸਪੋਰਟ ਕਰਦੀ ਆ ਜਾਂ ਉਸ ਇਨਸਾਨ ਨੂੰ ਹੱਲਾਸ਼ੇਰੀ ਦਿੰਦੀ ਆ ਜਿਹਨੇ ਆਲਰੇਡੀ ਬੈਰੀਅਰ ਬ੍ਰੇਕ ਕਰ ਦਿੱਤਾ ਹੋਇਆ ਵਾ ਆਪਣੀ ਮਿਹਨਤ ਦੇ ਨਾਲ। ਜਿਹੜਾ ਇਨਸਾਨ ਆਲਰੇਡੀ ਸਕਸੈਸ ਦੇ ਰਾਹ ਤੇ ਚੱਲਣ ਲੱਗ ਪਿਆ ਵਾ, ਜਿਹੜਾ ਸਕਸੈਸਫੁਲ ਹੋ ਚੁੱਕਾ ਵਾ ਆਲਰੇਡੀ, ਕਹਾਵਤ ਆ ਆਪਣੀ ਪੰਜਾਬੀ ਦੀ ਸਿੰਪਲ ਕਿ ਚੜ੍ਹਦੇ ਸੂਰਜ ਨੂੰ ਸਲਾਮਾਂ ਵਾ। ਜਿਹੜੀ ਆਪਣੀ ਲਾਈਟ ਆ ਆਪਣੀ ਰੋਸ਼ਨੀ ਐਮਿਟ ਨਹੀਂ ਕਰਦੇ ਦੁਨੀਆ ਦੇ ਵਿੱਚ, ਉਹਨਾਂ ਚਿਰ ਇਹ ਨਾ ਸੋਚਿਓ ਕਿ ਲੋਕ ਤੁਹਾਨੂੰ ਸਪੋਰਟ ਕਰਨਗੇ ਜਾਂ ਲੋਕ ਕਹਿਣਗੇ ਹਾਂ ਯਾਰ ਆਹ ਬੰਦਾ ਵਧੀਆ ਕੰਮ ਕਰਨ ਡਿਆ ਵਾ, ਮੈਂ ਇਹਦੀ ਹੈਲਪ ਕਰਦਾ। ਨਹੀਂ ਬ੍ਰੋ, ਉਹਨਾਂ ਨੂੰ ਕੀ ਮਿਲਣ ਡਿਆ ਮੈਨੂੰ ਤੁਸੀਂ ਆਪ ਦੱਸੋ। ਕੋਈ ਇਨਸਾਨ ਕਿਸੇ ਦੀ ਇੱਦਾਂ ਹੈਲਪ ਕਰਦੇ ਬਿਨਾਂ ਵਜ੍ਹਾ ਤੋਂ? ਦੁਨੀਆ ਟ੍ਰਾਂਜੈਕਸ਼ਨ ਬੇਸਿਸ ਤੇ ਕੰਮ ਕਰਦੀ ਆ, ਸਾਰੀ ਦੁਨੀਆ ਇਨਕਲੂਡਿੰਗ ਐਵਰੀਵਨ ਇਨਕਲੂਡਿੰਗ ਯੂ, ਤੁਹਾਨੂੰ ਵੀ ਇਨਕਲੂਡ ਕਰਕੇ ਟ੍ਰਾਂਜੈਕਸ਼ਨ ਬੇਸਿਸ ਤੇ ਹਰ ਇੱਕ ਇਨਸਾਨ ਨੂੰ। ਮੈਂ ਆਪਣੀ ਵੀ ਗੱਲ ਵਿੱਚ ਕਰ ਲੈਂਦਾ ਕਿਉਂਕਿ ਮੇਰੀ ਕਹਿੰਦੇ ਹੈਲਪ ਨਹੀਂ ਕੀਤੀ ਹੈ ਨਾ ਜਦੋਂ ਮੈਂ ਜੋ ਕਰ ਰਿਹਾ ਸੀ ਉਹਦੇ ਵਿੱਚ ਅੱਗੇ ਆਉਣਾ ਚਾਹੁੰਦਾ ਸੀ, ਨਾ ਹੀ ਤੁਹਾਡੀ ਕਹਿੰਦੇ ਹੈਲਪ ਕਰਨੀ ਹੈ, ਨਾ ਹੀ ਉਸ ਸਿੰਗਰ ਦੀ ਕਹਿੰਦੇ ਹੈਲਪ ਕੀਤੀ ਜਿਹੜਾ ਅੱਜ ਵੈਨਿਊ ਸੋਲਡ ਆਊਟ ਕਰਦਾ ਹਰ ਥਾਂ 'ਤੇ, ਨਾ ਹੀ ਕਿਸੇ ਨੇ ਉਸ ਐਕਟਰ ਦੀ ਹੈਲਪ ਕੀਤੀ ਜਿਹਦੀਆਂ ਮੂਵੀਜ਼ ਬੜੀਆਂ ਹਿੱਟ ਹੁੰਦੀਆਂ ਵਾ, ਨਾ ਹੀ ਕਦੀ ਕਿਸੇ ਨੇ ਉਸ ਐਥਲੀਟ ਦੀ ਹੈਲਪ ਕੀਤੀ ਜਿਹੜਾ ਆਪਣੇ ਟੈਲੈਂਟ ਦੇ ਬੇਸਿਸ 'ਤੇ ਅੱਜ ਕਹਿ ਲਓ ਕਿ ਭਾਵੇਂ ਫੁੱਟਬਾਲ ਆ ਭਾਵੇਂ ਕ੍ਰਿਕਟ ਆ ਉਹਦੇ ਵਿੱਚ ਟੋਪ 20 ਐਥਲੀਟਸ ਦੇ ਵਿੱਚ ਆਉਂਦਾ ਵਾ। ਨਹੀਂ ਬ੍ਰੋ, ਕਿਸੇ ਨੇ ਤੁਹਾਡੀ ਹੈਲਪ ਥੋੜ੍ਹੀ ਕਰਨੀ ਆ, ਕਿਉਂਕਿ ਉਦੋਂ ਟ੍ਰਾਂਜੈਕਸ਼ਨ ਆ ਜਿਹੜੀ ਹੋਣ ਨਹੀਂ ਡਈ, ਤੁਸੀਂ ਐਕਸਚੇਂਜ ਦੇ ਵਿੱਚ ਕੁਝ ਦੇ ਨਹੀਂ ਪਾ ਰਹੇ। ਜਦੋਂ ਤੁਸੀਂ ਬ੍ਰੇਕਆਊਟ ਕਰ ਲੈਂਦੇ ਆ, ਜਦੋਂ ਤੁਸੀਂ ਸਕਸੈਸਫੁਲ ਹੋ ਜਾਂਦੇ ਆ, ਫਿਰ ਤੁਸੀਂ ਐਕਸਚੇਂਜ ਦੇ ਵਿੱਚ ਕੀ ਦੇਣ ਡੇ ਆ? ਆਪਣਾ ਸਟੇਟਸ ਅਗਲੇ ਇਨਸਾਨ ਨੂੰ, ਕਨੈਕਸ਼ਨ ਕਿ ਹਾਂ ਬ੍ਰੋ ਮੈਂ ਉਹ ਬੰਦੇ ਨੂੰ ਜਾਣਦਾ ਵਾਂ। ਤਾਂ ਕਰਕੇ ਲੋਕ ਤੁਹਾਡੀ ਸ਼ਲਾਘਾ ਕਰਨਗੇ, ਤੁਹਾਡੀ ਰਿਸਪੈਕਟ ਕਰਨਗੇ, ਉਹ ਤੋਂ ਪਹਿਲਾਂ ਨਹੀਂ ਕੁਝ ਬ੍ਰੋ। ਸੋ ਜੇ ਤੁਸੀਂ ਇਸ ਟਾਈਮ ਆਪਣਾ ਸਮਾਂ ਇੰਸਟਡ ਆਫ ਡੂਇੰਗ ਵਰਕ ਕੰਮ ਕਰਨ ਦੀ ਬਜਾਏ ਜਾਂ ਉਹਨਾਂ ਚੀਜ਼ਾਂ 'ਚ ਜੁੱਟਣ ਦੀ ਬਜਾਏ ਜਿਨ੍ਹਾਂ ਨੇ ਤੁਹਾਨੂੰ ਐਕਚੁਅਲੀ ਸਕਸੈਸ ਦੇ ਕੋਲ ਲੈ ਕੇ ਜਾਣਾ ਵਾ, ਜਿਹੜਾ ਕੰਮ ਦਾ ਪੋਲ ਆ ਉਹਦੇ ਰਾਹੀਂ ਲੰਘਣ ਦੀ ਬਜਾਏ ਤੁਸੀਂ ਕੰਟੀਨਿਊਸਲੀ ਇਹ ਸੋਚਣ ਨਹੀਂ ਯਾਰ ਮੇਰੀ ਕੋਈ ਹੈਲਪ ਨਹੀਂ ਕਰਨ ਡਿਆ, ਮੇਰੀ ਕੋਈ ਹੈਲਪ ਨਹੀਂ ਕਰਨ ਡਿਆ। ਬ੍ਰੋ ਕਹਿੰਦੇ ਹੈਲਪ ਨਹੀਂ ਕਰਨੀ, ਦੁਨੀਆ ਇੱਦਾਂ ਵਰਕ ਕਰਦੀ ਹੈ, ਇਹ ਬੜੇ ਪੁਰਾਣੇ ਸਮਿਆਂ ਤੋਂ ਲੈ ਕੇ ਦੁਨੀਆ ਨੇ ਇੱਦਾਂ ਹੀ ਕੰਮ ਕਰਨਾ ਵਾ ਕਿ ਤੁਹਾਡੀ ਕਿਸੇ ਨੇ ਹੈਲਪ ਨਹੀਂ ਕਰਨੀ ਜਿੰਨਾ ਚਿਰ ਤੁਸੀਂ ਆਪਣਾ ਨਾਂ ਖੁਦ ਨਹੀਂ ਬਣਾ ਲੈਂਦੇ। ਫਿਰ ਬੜੇ ਲੋਕਾਂ ਨੇ ਕਹਿਣਾ ਹਾਂ ਬ੍ਰੋ ਆਹ ਕੰਮ ਕਰ ਸਕਦੇ ਆਪਾਂ ਜਾਂ ਆਹ ਕੰਮ ਕਰ ਸਕਦੇ ਹਾਂ। ਪਹਿਲੀਆਂ ਕੁਝ ਜਿਹੜੀਆਂ ਓਪਰਚੁਨਿਟੀਜ਼ ਆ ਉਹ ਤੁਹਾਨੂੰ ਖੁਦ ਕ੍ਰੀਏਟ ਕਰਨੀਆਂ ਪੈਣੀਆਂ ਵਾ। ਜਦੋਂ ਤੁਸੀਂ ਉਹਨਾਂ ਓਪਰਚੁਨਿਟੀਜ਼ ਦੇ ਵਿੱਚ ਆਪਣੇ ਆਪ ਨੂੰ ਕਾਬਿਲ ਸਾਬਤ ਕਰ ਦਿੰਦੇ ਜੇ ਨਾ, ਉਸ ਤੋਂ ਬਾਅਦ ਹੋਰ ਓਪਰਚੁਨਿਟੀਜ਼ ਤੁਹਾਡੇ ਵੱਲ ਆਉਣੀਆਂ ਵਾ ਅਟਰੈਕਟ ਹੋ ਕੇ। ਪਰ ਜਿਹੜੀ ਸ਼ੁਰੂਆਤ ਆ ਤੁਹਾਨੂੰ ਖੁਦ ਕਰਨੀ ਪੈਣੀ ਆ। ਇਹ ਨਾ ਸੋਚੋ ਕਿ ਮੈਂ ਵੇਟ ਕਰਨ ਡਿਆ ਪਰਫੈਕਟ ਓਪਰਚੁਨਿਟੀ ਦੀ ਜਾਂ ਪਰਫੈਕਟ ਮੌਕੇ ਦੀ, ਉਹ ਤੁਸੀਂ ਅੱਜ ਤੋਂ ਕ੍ਰੀਏਟ ਕਰਨਾ ਸ਼ੁਰੂ ਕਰ ਸਕਦੇ ਆ, ਤੁਹਾਨੂੰ ਕੋਈ ਰੋਕਣ ਨਹੀਂ ਡਿਆ। ਜੇ ਤੁਹਾਨੂੰ ਕੋਈ ਰੋਕਣ ਨਹੀਂ ਡਿਆ ਉਹਦਾ ਓਪੋਜ਼ਿਟ ਇਹ ਆ ਕਿ ਤੁਹਾਨੂੰ ਕੋਈ ਹੱਲਾਸ਼ੇਰੀ ਨਹੀਂ ਦੇਣ ਡਿਆ, ਤੁਹਾਨੂੰ ਕੋਈ ਇਹ ਨਹੀਂ ਕਹਿਣ ਡਿਆ ਕਿ ਬ੍ਰੋ ਸ਼ੁਰੂ ਕਰ ਮੈਂ ਤੇਰੇ ਨਾਲ ਆ। ਨਹੀਂ, ਜੇ ਹੁਣ ਤੁਸੀਂ ਬਿਜ਼ਨਸ ਦੀ ਐਗਜ਼ਾਮਪਲ ਲਓ, ਇੱਕ ਕੰਪਨੀ ਜਦੋਂ ਲਾਂਚ ਹੁੰਦੀ ਆ ਅੰਨੇਵਾਹ ਲੋਕ ਇਨਵੈਸਟ ਨਹੀਂ ਕਰਨ ਡੈ ਪੈਂਦੇ। ਜਿੱਦਣ ਐਪਲ ਲਾਂਚ ਕੀਤਾ ਗਿਆ ਸੀ ਸਟੋਕ ਮਾਰਕੀਟ ਦੇ ਵਿੱਚ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਐਮਾਜ਼ੋਨ ਲਾਂਚ ਕੀਤੀ ਗਈ, ਕੋਕਾ ਕੋਲਾ ਲਾਂਚ ਕੀਤਾ ਗਿਆ ਸੀ, ਜਿੰਨੇ ਇਨਵੈਸਟਰਸ ਉਹਦੇ ਵਿੱਚ ਇਸ ਟਾਈਮ ਆ ਉਹਨੇ ਪਹਿਲੇ ਦਿਨ ਨਹੀਂ ਸੀ। ਤੁਸੀਂ ਇੱਕ ਸਟੋਕ ਆ ਬ੍ਰੋ, ਜਿੰਨਾ ਚਿਰ ਤੁਸੀਂ ਰਿਟਰਨ ਆ ਜਿਹੜਾ ਉਹਨੂੰ ਪ੍ਰੂਵ ਨਹੀਂ ਕਰ ਦਿੰਦੇ ਕਿ ਜਿਹੜਾ ਬੰਦਾ ਮੇਰੇ 'ਚ ਇਨਵੈਸਟ ਕਰੂਗਾ ਉਹਨੂੰ ਰਿਟਰਨ ਮਿਲੂਗਾ। ਹੁਣ ਰਿਟਰਨ ਮੋਨੀਟਰੀ ਨਹੀਂ ਆ, ਪੈਸਿਆਂ ਦੀ ਗੱਲ ਨਹੀਂ ਮੈਂ ਕਰ ਰਿਹਾ, ਰਿਟਰਨ ਆ ਕਿ ਤੁਹਾਨੂੰ ਪ੍ਰੂਵ ਕਰਨਾ ਪੈਣਾ ਵਾ ਕਿ ਮੇਰੀ ਵੈਲਿਊ ਵਧਣੀ ਆ ਕੱਲ੍ਹ ਨੂੰ, ਵਧਾਉਣੀ ਤੁਸੀਂ ਆ। ਕਿਸੇ ਨੇ ਰੈਂਡਮਲੀ ਆ ਕੇ ਨਹੀਂ ਕਹਿ ਦੇਣਾ ਕਿ ਹਾਂ ਬ੍ਰੋ ਮੈਂ ਐਕਚੁਅਲੀ ਤੇਰੀ ਅੱਜ 'ਚ ਹੈਲਪ ਕਰ ਦਿੰਦਾ ਵਾਂ। ਵੈਲਿਊ ਤੁਸੀਂ ਖੁਦ ਵਧਾਉਣੀ ਆ। ਪਰ ਜਦੋਂ ਲੋਕਾਂ ਨੂੰ ਦਿਖਾਉਂਦਾ ਪੈਂਦਾ ਕਿ ਬ੍ਰੋ ਐਕਚੁਅਲੀ 5 ਸਾਲ ਪਹਿਲਾਂ ਇਹ ਬੰਦਾ ਇੱਥੇ ਸੀ, ਅੱਜ ਇੱਥੇ ਆ, ਅਗਲੇ 5 ਸਾਲਾਂ 'ਚ ਇੰਨੇ ਇੱਥੇ ਹੋਣਾ ਵਾ, ਕਿਉਂਕਿ ਇਹਦਾ ਜਿਹੜਾ ਕੰਮ ਆ ਉਹ ਬੋਲਦਾ ਵਾ, ਉਹ ਮੂੰਹੋਂ ਬੋਲਦਾ ਵਾ।
ਉਸ ਚੀਜ਼ ਨੇ ਤੁਹਾਡੇ ਵੱਲ ਹੋਰ ਓਪਰਚੁਨਿਟੀਜ਼ ਲੈ ਕੇ ਆਉਣੀਆਂ ਵਾ, ਹੋਰ ਲੋਕਾਂ ਦਾ ਇੰਟਰਸਟ ਆ ਜਿਹੜਾ ਜਾਂ ਬਾਕੀ ਲੋਕਾਂ ਦੀ ਜਿਹੜੀ ਅਟੈਂਸ਼ਨ ਆ ਉਸ ਚੀਜ਼ ਨੇ ਤੁਹਾਡੇ ਵੱਲ ਲੈ ਕੇ ਆਉਣੀ ਆ। ਇਹ ਨਾ ਸੋਚੋ ਕਿ ਮੈਂ ਘਰੇ ਬਹਿ ਕੇ ਮੈਨੀਫੈਸਟ ਕਰ ਲੂੰਗਾ ਕਿ ਲੋਕ ਮੇਰੀ ਹੈਲਪ ਕਰ ਦੇਣ। ਬਰੋ, ਮੈਨੀਫੈਸਟੇਸ਼ਨ ਦੇ ਵਿੱਚ ਜਿਹੜਾ ਐਕਸ਼ਨ ਆ ਉਹ 80% ਆ। ਜੇ ਤੁਸੀਂ ਐਕਸ਼ਨ ਨਹੀਂ ਲੈ ਰਹੇ, ਕੰਮ ਨਹੀਂ ਕਰ ਰਹੇ, ਮਤਲਬ ਹੈ ਨਾ, ਜੇ ਹੁਣ ਮੈਂ ਬੈੱਡ 'ਤੇ ਲੰਮਾ ਪੈ ਕੇ ਕਹੀ ਜਾਵਾਂ ਮੇਰੇ ਐਬਸ ਬਣ ਜਾਣ, ਐਬਸ ਬਣ ਜਾਣ, ਨਹੀਂ ਬਰੋ, ਉਹਦੇ ਲਈ ਮੈਨੂੰ ਫੂਡ ਖਾਣਾ ਪੈਣਾ ਵਧੀਆ, ਜਿਮ ਜਾਣਾ ਪੈਣਾ ਵਾ, ਕਾਰਡੀਓ ਕਰਨਾ ਪੈਣਾ ਵਾ, ਬੜੀਆਂ ਚੀਜ਼ਾਂ ਵਾ। ਸੋ ਉਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਕਿ ਸਾਡੀ ਹੈਲਪ ਹੋ ਜਾਏ, ਜਾਂ ਯਾਰ ਦੁਨੀਆ ਬੜੀ ਪਾਰਸ਼ੀਐਲਿਟੀ ਕਰਦੀ ਆ, ਮੇਰੀ ਹੈਲਪ ਨਹੀਂ ਕਰਨ ਡਿਆ ਕੋਈ। ਸਭ ਤੋਂ ਪਹਿਲਾਂ ਬਰੋ ਸਿਰਫ ਹੈਲਪ ਮੰਗੋ ਰੱਬ ਕੋ, ਰੱਬ ਕੋ ਹੈਲਪ ਵੀ ਇਸ ਹਿਸਾਬ ਨਾਲ ਮੰਗੋ ਕਿ ਉਹ ਤੁਹਾਨੂੰ ਐਨਰਜੀ, ਪਾਵਰ ਅਤੇ ਬੁੱਧੀ, ਮਤ ਬਖਸ਼ੇ, ਤਾਂ ਕਿ ਤੁਸੀਂ ਜਿਹੜੀ ਚੀਜ਼ ਕਰਨਾ ਚਾਹ ਰਹੇ ਹੋ ਉਹ ਐਕਚੁਅਲੀ ਕਰ ਸਕੋ, ਬਿਨਾਂ ਥੱਕਿਆਂ, ਬਿਨਾਂ ਉਸ ਚੀਜ਼ ਤੋਂ ਬੋਰ ਹੋਇਆ, ਬਿਨਾਂ ਕੰਪਲੇਨ ਕੀਤਿਆਂ, ਬਿਨਾਂ ਕਿਸੇ ਹੋਰ ਦਾ ਕਸੂਰ ਕੱਢਿਆ ਜੇ ਤੁਸੀਂ ਉਹ 'ਚ ਫੇਲ ਹੁੰਦੇ, ਜੇ ਬਿਨਾਂ ਆਪਣੇ ਸਰਕਮਸਟੈਂਸਿਸ ਨੂੰ ਬਲੇਮ ਕੀਤਿਆਂ, ਬਿਨਾਂ ਆਪਣੇ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਡੇ ਸੱਜਣ ਮਿੱਤਰ ਆ ਜਾਂ ਰਿਲੇਸ਼ਨਸ਼ਿਪਸ ਆ ਉਹਨਾਂ ਨੂੰ ਬਲੇਮ ਕੀਤਿਆਂ, ਜਿਹੜਾ ਬੰਦਾ ਆ ਬਰੋ ਉਹਦੀ ਇੱਕ ਬੜੀ ਵੱਡੀ ਖਾਮੀ ਆ। ਆਹ ਚੀਜ਼ ਸੁਣਨ ਤੋਂ ਬਾਅਦ ਤੁਸੀਂ ਉਹਨੂੰ ਪਿੰਨ ਪੁਆਇੰਟ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਕਿ ਹਮੇਸ਼ਾ ਜਦੋਂ ਬੰਦਾ ਕੁਝ ਅਚੀਵ ਕਰਦਾ ਨਾ ਜ਼ਿੰਦਗੀ ਦੇ ਵਿੱਚ ਬਰੋ, ਛਾਤੀ ਚੌੜੀ ਕਰਕੇ ਕਹਿੰਦਾ ਹਾਂ ਬਰੋ ਮੈਂ ਕੀਤਾ ਆਹ ਕੰਮ, ਕਿਸੇ ਨੇ ਨਹੀਂ ਮੇਰੇ ਹੈਲਪ ਕੀਤੀ, ਮੈਂ ਕੀਤਾ ਇਹ ਕੰਮ, ਮੈਂ ਸਕਸੈਸਫੁਲ ਹੋਇਆ ਇਸ ਚੀਜ਼ ਦੇ ਵਿੱਚ, ਆਪਣਾ ਜ਼ੋਰ ਲਾ ਕੇ, ਆਪਣੀ ਮਿਹਨਤ ਕਰਕੇ, ਵਿਚ ਇਜ਼ ਫੇਅਰ ਇਨਫ। ਜੇ ਉਹੀ ਇਨਸਾਨ ਕਿਤੇ ਫੇਲ ਹੁੰਦਾ ਵਾ ਅਤੇ ਅਕਾਊਂਟੇਬਿਲਿਟੀ ਨਹੀਂ ਲੈਂਦਾ ਉਹਨੇ ਜਜ਼ਬੇ ਦੇ ਨਾਲ, ਉਨੀ ਫੋਰਸ ਦੇ ਨਾਲ, ਜਦੋਂ ਉਹ ਕਹਿਣ ਡਿਆ ਹਾਂ ਕੰਮ ਮੈਂ ਕੀਤਾ, ਮੈਂ ਖੁਦ ਜਿੱਤਿਆ ਇਹ ਚੀਜ਼, ਮੈਂ ਖੁਦ ਪ੍ਰੋਗਰੈਸ ਕੀਤੀ, ਸਕਸੈਸਫੁਲ ਹੋਇਆ ਇਸ ਚੀਜ਼ ਦੇ ਵਿੱਚ, ਉਨੀ ਹੀ ਸਵੇਰਟੀ ਦੇ ਨਾਲ, ਉਨੇ ਹੀ ਜਜ਼ਬੇ ਦੇ ਨਾਲ ਜਦੋਂ ਇਨਸਾਨ ਫੇਲ ਹੁੰਦਾ ਵਾ ਕਿਸੇ ਚੀਜ਼ ਦੇ ਵਿੱਚ, ਉਹਨੂੰ ਉਦੋਂ ਜਿਹੜੀ ਅਕਾਊਂਟੇਬਿਲਿਟੀ ਉਹ ਲੈਣੀ ਚਾਹੀਦੀ ਕਿ ਹਾਂ ਬਰੋ ਜਿਹੜੇ ਬਾਹਰਲੇ ਫੈਕਟਰ ਸੀ ਉਹਨਾਂ ਕਰਕੇ ਮੈਂ ਫੇਲ ਨਹੀਂ ਹੋਇਆ, ਨਾ ਹੀ ਕਿਸੇ ਇਨਸਾਨ ਨੇ ਮੈਨੂੰ ਫੇਲ ਕੀਤਾ ਜਾਂ ਕਰਾਇਆ, ਮੇਰੀ ਖੁਦ ਦੀ ਗਲਤੀ ਆ, ਮੈਂ ਇਹਦੇ ਵਿੱਚ ਉਹਨਾਂ ਕੰਮ ਨਹੀਂ ਪਾਇਆ ਜਿੰਨਾ ਮੈਨੂੰ ਕੰਮ ਪਾਉਣ ਦੀ ਲੋੜ ਸੀਗੀ, ਜਾਂ ਮੈਂ 100% ਨਹੀਂ ਦੇ ਪਾਇਆ ਤਾਂ ਕਰਕੇ ਮੈਂ ਫੇਲ ਹੋਇਆ ਵਾਂ। ਮੈਂ ਕਿਉਂਕਿ ਆਪਾਂ ਮੈਂ ਅੱਗੇ ਰੱਖਦੇ ਹਾਂ ਹਮੇਸ਼ਾ, ਜਦੋਂ ਆਪਾਂ ਜਿੱਤਦੇ ਹਾਂ ਕਿਸੇ ਚੀਜ਼ ਦੇ ਵਿੱਚ ਜਾਂ ਕੋਈ ਚੀਜ਼ ਹਾਸਲ ਕਰਦੇ ਹਾਂ ਜਾਂ ਅਚੀਵ ਕਰਦੇ ਹਾਂ, ਹੈ ਨਾ, ਆਪਾਂ ਕਹਿੰਦੇ ਨਾ ਮੈਂ ਕੀਤਾ ਬਰੋ ਇਹ ਕੰਮ, ਫਿਰ ਜਦੋਂ ਆਪਾਂ ਫੇਲ ਹੁੰਦੇ ਹਾਂ ਉਦੋਂ ਵੀ ਅਕਾਊਂਟੇਬਿਲਿਟੀ ਲੈਣੀ ਸਿੱਖੋ। ਇਹ ਸਾਰੀਆਂ ਚੀਜ਼ਾਂ ਨਿੱਕੀਆਂ ਨਹੀਂ ਆ, ਜਦੋਂ ਤੁਸੀਂ ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਨਿੱਕੀਆਂ ਕਹਿੰਦੇ ਹਾਂ ਐਕਚੁਅਲੀ ਨਿੱਕੀਆਂ ਨਹੀਂ ਆ, ਦੂਜੀ ਗੱਲ ਇਹਨਾਂ ਨੂੰ ਆਪਾਂ ਸਮਝ ਲਾਂਗੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਤਰੱਕੀ ਆ, ਸਕਸੈਸ ਆ, ਹੋਰ ਨੇੜੇ ਹੋਊਗੀ। ਆਹ ਵੀਡੀਓ ਦਾ ਮੇਰਾ ਮੈਸੇਜ ਇਹੋ ਹੀ ਆ ਬਰੋ, ਜੇ ਤੁਸੀਂ ਇਸ ਹੋਪ ਦੇ ਵਿੱਚ ਹੱਥ 'ਤੇ ਹੱਥ ਰੱਖ ਕੇ ਬੈਠੇ ਹਾਂ ਨਾ, ਇੱਕ ਦਿਨ ਆਊਗਾ ਕੋਈ ਇਨਸਾਨ ਰੈਂਡਮਲੀ ਮੇਰੀ ਹੈਲਪ ਕਰੂਗਾ, ਮੈਂ 100 ਜਾਣਿਆਂ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿੰਦਾ ਕਿ ਬਰੋ ਮੇਰੀ ਹੈਲਪ ਕਰ ਦਿਉ, ਮੇਰੀ ਹੈਲਪ ਕਰ ਦਿਉ। ਕਿਸੇ ਤੁਹਾਡੀ ਹੈਲਪ ਨਹੀਂ ਕਰਨੀ ਬਰੋ, ਇਹ ਦੁਨੀਆ ਵਾ, ਦੁਨੀਆ ਟ੍ਰਾਂਜੈਕਸ਼ਨ ਬੇਸਿਸ 'ਤੇ ਕੰਮ ਕਰਦੀ ਆ, ਜੇ ਤੁਹਾਡੇ ਕੋਲ ਕੁਝ ਟ੍ਰਾਂਜੈਕਟ ਕਰਨ ਨੂੰ ਹੈ ਨਹੀਂ ਹੈ ਨਾ ਉਸ ਹੈਲਪ ਦੇ ਵਾਸਤੇ, ਫਿਰ ਭੁੱਲ ਜਾਓ। ਸੰਤਾਂ ਦੇ ਜ਼ਮਾਨੇ ਬੀਤ ਚੁੱਕੇ ਆ ਜਿੱਥੇ ਲੋਕ ਬਿਨਾਂ ਕੁਝ ਸੀਕ ਕੀਤਿਆਂ ਰਿਟਰਨ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਸੀ। ਹੁਣ ਜੇ ਤੁਹਾਡੇ ਕੋਲ ਕੁਝ ਔਫਰ ਕਰਨ ਨੂੰ ਹੈ ਨਹੀਂ ਆ, ਫਿਰ ਹੈਲਪ ਨਾ ਮੰਗੋ, ਫਿਰ ਰੱਬ ਕੋਲ ਹੈਲਪ ਮੰਗੋ ਕਿ ਮੈਨੂੰ ਥੋੜ੍ਹੀ ਜਿਹੀ ਮੱਤ ਬਖਸ਼, ਤਾਕਤ ਬਖਸ਼ ਕਿ ਮੈਂ ਜਿਹੜਾ ਕੰਮ ਕਰਨਾ ਚਾਹ ਰਿਹਾ ਉਹ ਮੈਂ ਕਰ ਲਾਂ। ਕਿਉਂਕਿ ਜਦੋਂ ਤੁਸੀਂ ਸਕਸੈਸਫੁਲ ਹੋ ਗਏ ਬਰੋ, ਫਿਰ ਬੜੇ ਲੋਕਾਂ ਨੇ ਆਉਣਾ ਵਾ ਕਿ ਬਰੋ ਦੱਸੀ ਕਿਤੇ ਲੋੜ ਹੋਊਗੀ ਤੇ, ਜਾਂ ਦੱਸੀ ਜੇ ਹੈਲਪ ਚਾਹੀਦੀ ਹੋਊਗੀ, ਪਰ ਉਦੋਂ ਤੁਹਾਨੂੰ ਲੋੜ ਨਹੀਂ ਹੋਣੀ। ਦੈਟਸ ਦ ਥਿੰਗ, ਡਿਫਰੈਂਸ ਆ ਜਿਹੜਾ ਉਹ ਇੱਥੇ ਪੈਂਦਾ ਕਿ ਉਦੋਂ ਤੁਹਾਨੂੰ ਜ਼ਿੰਦਗੀ ਦੇ ਵਿੱਚ ਲੋੜ ਨਹੀਂ, ਤੁਸੀਂ ਠੀਕ ਆ ਬਰੋ ਲਾਈਫ ਦੇ ਵਿੱਚ, ਤੁਸੀਂ ਸੈਟਲਡ ਆ, ਹੈ ਨਾ, ਕਿਉਂਕਿ ਉਦੋਂ ਰੱਬ ਨੇ ਤੁਹਾਡੀ ਬਾਂਹ ਫੜ ਲਈ, ਰੱਬ ਨੇ ਤੁਹਾਡੀ ਹੈਲਪ ਕਰ ਲਈ। ਸੋ ਹੈਲਪ ਮੰਗਣੀ ਆ ਰੱਬ ਕੋ, ਮੰਗੋ, ਇੱਕ ਇਨਸਾਨ ਕੋਲੋਂ ਹੈਲਪ ਨਾ ਮੰਗੋ ਜਿੰਨਾ ਚਿਰ ਤੁਸੀਂ ਸਕਸੈਸਫੁਲ ਨਹੀਂ ਹੋ ਜਾਂਦੇ, ਕਿਉਂਕਿ ਐਂਡ ਆਫ ਦਾ ਡੇ ਬਰੋ
ਜਿਹੜਾ ਸਵਾਦ ਆਪਣੇ ਦਮ ਤੇ ਤਰੱਕੀ ਕਰਕੇ ਜਾਂ ਕਿਤੇ ਪਹੁੰਚ ਕੇ ਹੁੰਦਾ ਨਾ, ਉਹ ਜਦੋਂ ਆਪਾਂ ਕਿਸੇ ਨੂੰ ਐਜ਼ ਆ ਲੈਡਰ ਯੂਜ਼ ਕਰਕੇ ਕਿਤੇ ਪਹੁੰਚੇ ਹੋਈਏ, ਉਹ 'ਚ ਨਹੀਂ ਹੁੰਦਾ। ਜਿਹੜੀ ਚੀਜ਼ ਤੁਸੀਂ ਆਪਣੇ ਦਮ ਤੇ ਅਚੀਵ ਕਰਨੀ ਹੈ ਨਾ, ਤੇ ਉਸ ਚੀਜ਼ ਨੂੰ ਅਚੀਵ ਕਰਨ ਤੋਂ ਬਾਅਦ ਰੱਬ ਤੋਂ ਇਲਾਵਾ ਕੋਈ ਇਸ ਦੁਨੀਆ ਦੇ ਬੰਦਾ ਨਹੀਂ ਹੈ ਜਿਹੜਾ ਤੁਹਾਡੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਸਕੇ ਕਿ ਆਹ ਬੰਦੇ ਦੀ ਮੈਂ ਹੈਲਪ ਕੀਤੀ ਤਾਂ ਇੱਥੇ ਆ ਕੇ ਇਹਨੇ ਆਹ ਚੀਜ਼ ਅਚੀਵ ਕੀਤੀ, ਜਾਂ ਤਾਂ ਆਹ ਬੰਦਾ ਇੱਥੇ ਤੱਕ ਪਹੁੰਚਿਆ ਕਿਉਂਕਿ ਮੈਂ ਇਸ ਬੰਦੇ ਦੀ ਹੈਲਪ ਕੀਤੀ। ਫਿਰ ਤੁਹਾਡਾ ਹਾਰਡਵਰਕ ਜਿਹੜਾ ਬਰੋ ਡਿਸਕ੍ਰੈਡਿਟ ਹੋ ਜਾਂਦਾ ਉੱਥੇ। ਪਰ ਜਿੱਦਣ ਸਭ ਕੁਝ ਤੁਸੀਂ ਆਪਣੇ ਬੇਸ 'ਤੇ ਕੀਤਾ ਨਾ, ਆਪਣੇ ਦਮ 'ਤੇ ਕੀਤਾ, ਤੁਹਾਨੂੰ ਕੋਈ ਆ ਕੇ ਕਹਿ ਨਹੀਂ ਸਕਦਾ ਕਿ ਮੈਂ ਇਸ ਬੰਦੇ ਦੀ ਹੈਲਪ ਕੀਤੀ। ਕੋਈ ਨਹੀਂ, ਤੁਸੀਂ ਕਿਸੇ ਇਨਸਾਨ ਨੂੰ ਰੱਬ ਤੋਂ ਇਲਾਵਾ ਇਸ ਦੁਨੀਆ 'ਤੇ ਤੁਸੀਂ ਕੁਝ ਵੀ ਉਹ ਨਹੀਂ ਕਰਦੇ ਬਰੋ, ਕੁਝ ਵੀ ਨਥਿੰਗ। ਉਹ ਜ਼ਿੰਦਗੀ ਦਾ ਮਜ਼ਾ ਵੱਖਰਾ।